ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਧੰਜਲ ਐਗਰੀਕਲਚਰ ਵਰਕਸ ਅੱਜ ਤੁਹਾਡੇ ਲਈ ਅਸੀਂ ਇੱਕ ਨਵਾਂ ਮਾਡਲ ਲੈ ਕੇ ਆਏ ਹਾਂ ਹਰ ਵਾਰੀ ਦੀ ਤਰ੍ਹਾਂ ਹੁਣ ਵੀ ਅਸੀਂ ਪੰਜਾਬ ਦੇ ਵਿੱਚ ਪਹਿਲੀ ਵਾਰ ਇਹ ਸੈੱਟ ਲਾਂਚ ਕਰਨ ਜਾ ਰਹੇ ਹਾਂ ਨਵਾਂ ਮਾਡਲ ਆ ਇਹ ਹੈਗਾ ਲਿਫਟ ਵਾਲਾ ਹੀ ਆ ਪਰ ਇਹਨੂੰ ਡਬਲ ਲਿੰਕ ਸਿਸਟਮ ਦਿੱਤਾ ਅਸੀਂ ਜਿਹਦੇ ਵਿੱਚ ਕਿ ਆਪਾਂ ਇਹਨੂੰ ਲਿਫਟ ਦੇ ਨਾਲ ਚੱਕਵੀਆਂ ਵੀ ਚਲਾ ਸਕਦੇ ਹਾਂ ਲਿੰਕਾਂ ਦੇ ਵਿੱਚ ਪਾ ਕੇ ਅਤੇ ਧੂਵੀਆਂ ਵੀ ਇਹਦੇ ਵਿੱਚ ਅਸੀਂ ਡਬਲ ਲਿੰਕ ਇਹ ਡਬਲ ਲਿੰਕ ਸਿਸਟਮ ਆ ਇਹਦੇ ਵਿੱਚ ਆਪਾਂ ਲਿੰਕਾਂ ਪਿੰਨਾਂ ਕੱਢ ਕੇ ਮੋਹਰਲੀਆਂ ਲਿੰਕਾਂ ਆਪਾਂ ਉਤਾਰ ਕੇ ਅਤੇ ਜੇ ਆਪਾਂ ਧੂਵੀਆਂ ਚਲਾਉਣੀਆਂ ਫਿਰ ਆਪਾਂ ਆਹ ਬਾਲਾ ਪਾ ਕੇ ਧੂਵੀਆਂ ਵੀ ਚਲਾ ਸਕਦੇ ਹਾਂ ਬਣਾਈਆਂ ਤਾਂ ਆਪਾਂ ਕਾਫੀ ਚਿਰ ਦੀਆਂ ਆ ਪਰ ਇਹਦੀ ਵੀਡੀਓ ਨਹੀਂ ਪਾ ਹੋਈ ਸੀ ਅਤੇ ਇੱਕ ਇਹਨੂੰ ਅਫੀਸ਼ੀਅਲੀ ਹਜੇ ਆਪਾਂ ਲਾਂਚ ਨਹੀਂ ਕੀਤਾ ਸੀਗਾ ਅਤੇ ਅੱਜ ਆਪਾਂ ਇਹਨੂੰ ਲਾਂਚ ਕਰ ਰਹੇ ਹਾਂ ਅਫੀਸ਼ੀਅਲੀ ਇਹਦੇ ਵਿੱਚ ਕੀ ਬਣਾਇਆ ਆਪਾਂ ਕਿ ਇਹ ਡਬਲ ਲਿੰਕ ਸਿਸਟਮ ਬਣਾਇਆ ਆਪਾਂ ਇਹਨੂੰ ਆਪਾਂ ਚੱਕਵੀਆਂ ਵੀ ਚਲਾ ਸਕਦੇ ਹਾਂ ਫੁੱਲੀ ਲਿੰਕਾਂ ਦੇ ਨਾਲ ਅਤੇ ਧੂਮੀਆਂ ਵੀ ਇਹਦੇ ਵਿੱਚ ਲਿੰਕਾਂ ਨਿਕਲ ਜਾਂਦੀਆਂ ਅਤੇ ਮੂਹਰਲੀਆਂ ਲਿੰਕਾਂ ਉਤਾਰ ਕੇ ਆਪਾਂ ਪਿਛਲੀਆਂ ਲਿੰਕਾਂ ਦੇ ਨਾਲ ਚੱਕ ਕੇ ਲਿਜਾ ਸਕਦੇ ਹਾਂ ਜਿਹਦੇ ਨਾਲ ਚੱਕ ਕੇ ਲਿਜਾਣਾ ਥੋੜ੍ਹਾ ਸੌਖਾ ਹੋ ਜਾਂਦਾ ਜੇ ਆਪਾਂ ਮੂਹਰਲੀਆਂ ਲਿੰਕਾਂ ਦੇ ਨਾਲ ਚੱਕ ਕੇ ਲਿਜਾਂਦੇ ਹਾਂ ਤਾਂ ਟਰੈਕਟਰ ਥੋੜ੍ਹਾ ਜਿਹਾ ਦਬਾਅ ਮੰਨਦਾ ਚੱਕ ਹੁੰਦਾ ਥੋੜ੍ਹਾ ਜਿਹਾ ਟਰੈਕਟਰ ਇਸ ਕਰਕੇ ਆਪਾਂ ਡਬਲ ਲਿੰਕ ਸਿਸਟਮ ਦੇ ਦਿੱਤਾ ਜਿੱਥੇ ਧੂਮੀਆਂ ਚਾਹੀਦੀਆਂ ਉੱਥੇ ਧੂਮੀਆਂ ਚਲਾ ਸਕਦੇ ਹਾਂ ਜਿੱਥੇ ਕਿਤੇ ਆਪਾਂ ਨੂੰ ਚੱਕਵੀਆਂ ਦੀ ਲੋੜ ਆ ਉੱਥੇ ਚੱਕਵੀਆਂ ਚਲਾ ਸਕਦੇ ਹਾਂ ਇਹ ਦੋਨਾਂ ਤਰ੍ਹਾਂ ਚੱਲ ਜਾਣਾ ਸੈੱਟ ਆਪਣਾ ਧੂਮਾਂ ਵੀ ਅਤੇ ਚੱਕਵਾਂ ਵੀ ਕੁਆਲਿਟੀ ਦੇ ਵਿੱਚ ਕਿਤੇ ਵੀ ਆਪਾਂ ਕੰਪਰੋਮਾਈਜ਼ ਨਹੀਂ ਕੀਤਾ ਪੇਂਟ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹਾਂ ਸਪੂਲ ਇਹਦੇ ਵਿੱਚ ਫੁੱਲ ਹੈਵੀ ਡਿਊਟੀ 5 ਕਿਲੋ ਵਾਲਾ ਪਾਇਆ ਹੋਇਆ ਆਪਾਂ ਤਵਾ 10.5 ਕਿਲੋ ਬੈਰਿੰਗ 535 ਨੰਬਰ ਹੱਬ 10 mm ਮੋਟੀ ਸ਼ਾਫਟਾਂ ਇਹਦੀਆਂ 7 mm ਪਾਈਪ ਦੀਆਂ 5 ਸਾਲ ਵਾਰੰਟੀ ਰਹੂਗੀ ਸਾਡੇ ਓਵਰਆਲ ਸੈੱਟ ਦੀ ਉਹ ਕਿਸੇ ਵੀ ਸੈੱਟ ਦੇ ਉੱਤੇ ਆ 5 ਸਾਲ ਸ਼ਾਫਟ 5 ਸਾਲ ਬੈਰਿੰਗ ਅਤੇ 10 ਸਾਲ ਢਾਂਚੇ ਦੀ ਗਰੰਟੀ ਹੈ ਜੀ ਆਪਣੀ ਢਾਂਚਾ ਸਾਡਾ ਫਰੜਾ ਹੋ ਜਾਵੇ ਜੋੜ ਛੱਡ ਜਾਵੇ ਕੋਈ ਜੋੜ ਨਿਕਲ ਜਾਵੇ ਸਾਡੇ ਕਲਮ ਜੋੜ ਲੱਗੇ ਹੁੰਦੇ ਆ ਡਿਗਰੀ ਦੇ ਵਿੱਚ ਇਸ ਵੇਲੇ ਤਾਂ ਜੁਆਇੰਟ ਲੈਸ ਆ ਬਿਲਕੁਲ ਕੋਈ ਜੁਆਇੰਟ ਸਾਨੂੰ ਦਿਸੂਗਾ ਵੀ ਨਹੀਂ ਪਰ ਫਿਰ ਵੀ ਜੇ ਕਿਤੇ ਜੋੜ ਜੂੜ ਕੋਈ ਨਿਕਲ ਜਾਵੇ ਕੋਈ ਫਰੇਮ ਫਰੜਾ ਹੋ ਜਾਵੇ ਉਹਦੇ ਵਿੱਚ 10 ਈਅਰ ਵਾਰੰਟੀ ਹੁੰਦੀ ਆ ਫਰੇਮ ਵਾਰੰਟੀ ਨਹੀਂ ਗਰੰਟੀ ਹੁੰਦੀ ਆ ਯਾਨੀ ਕਿ ਫਰੇਮ ਅਸੀਂ ਚੇਂਜ ਕਰਕੇ ਦੇਵਾਂਗੇ ਵੈਲਡਿੰਗ ਕਰਕੇ ਨਹੀਂ ਇਹ ਸਾਡੀ ਪਹਿਲਾਂ ਤੋਂ ਹੀ ਪਾਲਿਸੀ ਚੱਲ ਰਹੀ ਆ ਜਦੋਂ ਤੋਂ ਅਸੀਂ ਤਵੀਆਂ ਬਣਾ ਰਹੇ ਹਾਂ ਅਤੇ ਸੈੱਟ ਦੀ ਬਾਏ ਬੈਕ ਗਰੰਟੀ ਹੁੰਦੀ ਸਾਡੇ ਦੀ ਕਿਸੇ ਦੀ ਵੀ 6 ਮੰਥ ਬਾਏ ਬੈਕ ਗਰੰਟੀ ਹੁੰਦੀ ਸਾਡੇ ਸੈੱਟ ਦੀ ਬਾਈ ਦੀ ਵੇ ਕਸਟਮਰ ਸੋਚਦਾ ਆ ਕਿ ਸੈੱਟ ਸਾਡਾ ਲੱਗੇਗਾ ਨਹੀਂ ਚੱਲੇਗਾ ਨਹੀਂ ਇਸ ਕਰਕੇ ਕਸਟਮਰ ਦੀ ਕੌਨਫੀਡੈਂਸ ਲੈਵਲ ਦੇ ਲਈ ਵੀ ਥੋੜ੍ਹੇ ਜਿਹਾ ਕਸਟਮਰ ਨੂੰ ਕੌਨਫੀਡੈਂਸ ਆਵੇ ਵੀ ਹਾਂ ਵੀ ਸਾਨੂੰ ਇਸ ਚੀਜ਼ 'ਤੇ ਪੈਸੇ ਲਾਉਣੇ ਚਾਹੀਦੇ ਆ ਕਿ ਨਹੀਂ ਲਾਉਣੇ ਚਾਹੀਦੇ ਕਈ ਵਾਰੀ ਕਸਟਮਰ ਡਰਦਾ ਰਹਿੰਦਾ ਯਾਰ ਐਡੀਆਂ ਵੱਡੀਆਂ ਤਵੀਆਂ ਚੱਲਣੀਆਂ ਨਹੀਂ ਕਿਉਂਕਿ ਆਮ 16 ਜਾਂ 18 ਤਵੀਆਂ 'ਤੇ ਹੀ ਲੋਕ ਬਿਲੀਵ ਕਰਦੇ ਵੀ 16-18 ਹੀ ਚੱਲਣਗੀਆਂ ਸਾਡੀਆਂ ਤਵੀਆਂ ਇਹੋ ਜਿਹੀਆਂ ਨਹੀਂ ਹੈਗੀਆਂ ਇਹ ਹਰ ਤਰ੍ਹਾਂ ਦੀ ਜ਼ਮੀਨ 'ਤੇ ਅਤੇ ਹਰ ਜਗ੍ਹਾ 'ਤੇ ਰੇਤੇ 'ਤੇ ਪੱਕੇ 'ਤੇ ਕਾਲੀ 'ਤੇ ਮੈਰੀ 'ਤੇ ਕਿਸੇ ਵੀ ਜ਼ਮੀਨ ਦੇ ਉੱਤੇ ਇਹ ਚੱਲਣ ਲਈ ਸਕਸ਼ਮ ਹੈਗੀਆਂ ਨੇ ਤਾਂ ਕਿ ਕਸਟਮਰ ਇਹ ਨਾ ਸੋਚੇ ਅਸੀਂ ਇਸੇ ਕਰਕੇ ਬਾਏ ਬੈਕ ਗਰੰਟੀ ਦਿੰਦੇ ਹਾਂ ਕਸਟਮਰ ਇਹ ਨਾ ਸੋਚੇ ਇਹ ਸਾਡੀ ਪੱਕੀ ਜ਼ਮੀਨ ਆ ਉੱਥੇ ਨਹੀਂ ਚੱਲਣੀ ਆ ਇਹ ਰੇਤਲੀ ਜ਼ਮੀਨ ਆ ਸਾਡੀ ਉੱਥੇ ਟਰੈਕਟਰ ਲੋਡ ਮੰਨੂਗਾ ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ ਸਾਡੀਆਂ ਤਵੀਆਂ ਦੇ ਵਿੱਚ ਅਸੀਂ ਇਸੇ ਕਰਕੇ ਬਾਏ ਬੈਕ ਗਰੰਟੀ ਲੈਂਦੇ ਹਾਂ ਤਾਂ ਕਿ ਕਸਟਮਰ ਨੂੰ ਹੌਸਲਾ ਰਹੇ ਯਾਰ ਮੇਰੀ ਚੀਜ਼ 'ਤੇ ਪੈਸੇ ਨਹੀਂ ਮੈਂ ਖਰਾਬ ਕਰ ਰਿਹਾ ਸਿਰਫ ਇਸੇ ਕਰਕੇ ਅਸੀਂ ਬਾਏ ਬੈਕ ਗਰੰਟੀ ਲੈ ਰਹੇ ਹਾਂ ਸਾਨੂੰ ਤਾਂ ਕੌਨਫੀਡੈਂਸ ਹੈਗਾ ਹੀ ਆ ਵੀ ਸਾਡੀਆਂ ਤਵੀਆਂ ਵਾਪਸ ਨਹੀਂ ਆਉਣ ਲੱਗੀਆਂ ਕਿਉਂਕਿ ਜਿੱਥੇ ਜਿੱਥੇ ਵੀ ਗਈਆਂ ਅੱਜ ਤੱਕ ਬਹੁਤ ਕਸਟਮਰ ਨੇ ਜਿਨ੍ਹਾਂ ਨੂੰ ਅਸੀਂ ਇਹ ਬੋਲ ਕੇ ਗਰੰਟੀ ਦਿੱਤੀ ਆ ਉਹ ਕਸਟਮਰ ਕਮੈਂਟ ਦੇ ਵਿੱਚ ਆ ਕੇ ਦੱਸ ਵੀ ਸਕਦੇ ਆ ਕਿ ਹਾਂ ਵੀ ਬਾਏ ਬੈਕ ਗਰੰਟੀ ਦਿੰਦੇ ਆ ਕਿ ਨਹੀਂ ਦਿੰਦੇ ਇਹ ਡਬਲ ਲਿੰਕ ਸਿਸਟਮ ਆ ਹੁਣ ਇਹਦੇ ਵਿੱਚ ਆਪਾਂ ਦਿਖਾ ਲਾਂਗੇ ਕਿਵੇਂ ਲਹਿੰਦੀਆਂ ਆ ਇਹਨੂੰ ਉਤਾਰ ਕੇ ਦਿਖਾ ਲਓ ਬਈ ਇਹਨੂੰ ਉਤਾਰ ਕੇ ਆਪਾਂ ਹੁਣ ਇਹਨੂੰ ਨੋਰਮਲ ਕਰਕੇ ਦਿਖਾਉਣਾ ਇਹ ਸਿਰਫ ਆ 3 ਪਿੰਨਾਂ ਕੱਢ ਕੇ ਇਹ ਸੈੱਟ ਬਿਲਕੁਲ ਨੋਰਮਲ ਹੋ ਜਾਣਾ ਲਿੰਕਾਂ ਉਤਰ ਜਾਣੀਆਂ ਇਹਦੀਆਂ ਫਰੰਟ ਵਾਲੀਆਂ ਇਹ ਲਿੰਕਾਂ ਉਤਰ ਗਈਆਂ ਹੁਣ ਇਹ ਬਿਲਕੁਲ ਨੋਰਮਲ ਮਾਡਲ ਹੋ ਗਿਆ ਇਹਨੂੰ ਆਪਾਂ ਨੋਰਮਲੀ ਚਲਾ ਸਕਦੇ ਹਾਂ ਬਾਲਾ ਪਾਓ ਇਹਦਾ ਇੱਥੇ ਚੱਕਵਾਂ ਅਤੇ ਧੂਮਾਂ ਮਾਡਲ ਹੋ ਗਿਆ ਇਹ ਚੱਕ ਕੇ ਲਿਜਾ ਸਕਦੇ ਹਾਂ ਧੂਮਾਂ ਚਲਾ ਸਕਦੇ ਹਾਂ ਠੀਕ ਹੈ ਜੀ ਜਿੱਥੇ ਧੂਮੇ ਦੇ
ਸਾਡੀ ਥਿੰਕ ਇਹ ਆ ਵੀ ਜਦੋਂ ਤਵੀਆਂ ਧੂਮੀਆਂ ਚੱਲਦੀਆਂ ਉਦੋਂ ਸੁੱਕੇ 'ਤੇ ਜ਼ਿਆਦਾ ਪਟਦੀਆਂ, ਜਦੋਂ ਲੈਂਕਾਂ ਦੇ ਵਿੱਚ ਚੱਲਦੀਆਂ ਸੁੱਕੇ 'ਤੇ ਪਟਾਈ ਥੋੜ੍ਹੀ ਜਿਹੀ ਘਟਾ ਜਾਂਦੀਆਂ। ਇਸ ਕਰਕੇ ਅਸੀਂ ਲੈਂਕਾਂ ਦੇ ਨਾਲ ਇਹਨੂੰ ਦਿੱਤਾ ਇਹ ਸਿਸਟਮ, ਜਿੱਥੇ ਜ਼ਿਆਦਾ ਸੁੱਕਾ ਹੋਵੇ ਉੱਥੇ ਵਜ਼ਨ ਪਾ ਕੇ ਆਪਾਂ ਇਹਨੂੰ ਚਲਾ ਸਕਦੇ ਹਾਂ। ਠੀਕ ਹੈ ਜੀ, ਜ਼ਿਆਦਾ ਸੁੱਕਾ ਹੋਵੇ, ਅਦਰਵਾਈਜ਼ ਸਾਡੀਆਂ ਹੈਰੋ ਵਜ਼ਨ ਨਹੀਂ ਮੰਗਦੀਆਂ, ਵੈਸੇ ਹੀ ਵੇਟ ਬਹੁਤ ਹੋ ਜਾਂਦਾ। ਅਤੇ ਹੁਣ ਇਹਨੂੰ ਦੁਬਾਰਾ ਲੈਂਕਾਂ ਪਾਓ ਮੁੰਡੇ, ਆਹ ਬਾਲਾ ਚੱਕ ਕੇ ਸਾਈਡ 'ਤੇ ਕਰ ਦਿਓ, ਦੁਬਾਰਾ ਲੈਂਕਾਂ ਪਾਓ। ਬੜਾ ਸੌਖਾ ਜਿਹਾ ਕੰਮ ਆ ਲੈਂਕਾਂ ਚੇਂਜ ਕਰਨੀਆਂ, ਅਤੇ ਬਾਲਾ ਸਾਈਡ 'ਤੇ ਕਰ ਦੇਣਾ, ਲੈਂਕਾਂ ਪਾਓ ਵੀ। ਇਹ ਹੁਣ ਤੱਕ ਪੰਜਾਬ ਲੈਵਲ 'ਤੇ ਜਾਂ ਨੈਸ਼ਨਲ ਲੈਵਲ 'ਤੇ ਤੁਹਾਨੂੰ ਕੋਈ ਵੀ ਇੱਦਾਂ ਦੀਆਂ ਤਵੀਆਂ ਨਹੀਂ ਮਿਲਣੀਆਂ। ਅਸੀਂ ਇਹੋ ਜਿਹੀਆਂ ਚੀਜ਼ਾਂ ਸੋਚਦੇ ਰਹਿੰਦੇ ਹਾਂ ਜਿਹੜੀਆਂ ਕਸਟਮਰ ਲਈ ਬੈਨੀਫਿਸ਼ੀਅਲ ਹੋਣ। ਇਹ ਵੀ ਹਰ ਤਰ੍ਹਾਂ ਦੇ ਹਰ ਏਰੀਏ ਦੇ ਕਸਟਮਰ ਦੇ ਲਈ ਨਹੀਂ ਹੈਗੀਆਂ, ਜਿਨ੍ਹਾਂ ਦੇ ਖੇਤ ਛੋਟੇ ਛੋਟੇ ਪਲਾਟ ਨੇ ਉਹਨਾਂ ਵਾਸਤੇ ਆ, ਜਾਂ ਉੱਚੇ ਨੀਵੇਂ ਨੇ, ਜਾਂ ਕਿਸੇ ਦਾ ਪਲਾਟ ਕੋਈ ਉੱਚਾ ਆ ਕੋਈ ਨੀਵਾਂ ਆ, ਇਹ ਉਹਨਾਂ ਜ਼ਿਮੀਦਾਰਾਂ ਲਈ ਆ। ਇਹ ਇੱਕ ਪਿੰਨ ਕੱਢ ਕੇ ਆ, ਲੋਕ ਪਿੰਨ, ਇਹਨੂੰ ਕੱਢ ਕੇ ਇਹ ਲੈਂਕਾਂ ਐਂਗਲ ਚੇਂਜ ਹੋ ਜਾਣਾ। ਠੀਕ ਹੈ ਜੀ, ਇੱਕ ਪੈਨਾ ਇਹਦਾ ਲੋਕ ਖੁੱਲ੍ਹ ਜਾਂਦਾ, ਇੱਕ ਪੈਨਾ ਲੋਕ ਲੱਗ ਜਾਂਦਾ। ਅਸੀਂ ਇਹਦੀ ਵੀਡੀਓ ਪਹਿਲਾਂ ਦੇਖ ਸਕਦਾ ਕੋਈ ਵੀ, ਅਸੀਂ ਕੋਈ ਵੀ ਸੈੱਟ ਨੂੰ ਹੈ ਨਾ ਬਣਾ ਕੇ ਉਹਨੂੰ ਚਲਾ ਕੇ ਫਿਰ ਹੀ ਲਾਂਚ ਕਰਦੇ ਹਾਂ। ਪਹਿਲਾਂ ਅਸੀਂ ਇਹਦੀ ਡੈਮੋ ਲਈ ਆ, ਫਿਰ ਹੀ ਅਸੀਂ ਇਹਨੂੰ ਲਾਂਚ ਕੀਤਾ ਮਾਰਕੀਟ ਦੇ ਵਿੱਚ, ਅਤੇ ਵੀਡੀਓ ਅਸੀਂ ਕਾਫੀ ਚਿਰ ਪਹਿਲਾਂ ਇਹਦੀ ਬਣਾ ਚੁੱਕੇ ਸੀ। ਅਤੇ ਹੁਣ ਇਹਦਾ ਕੰਪਨੀ ਦਾ ਟਾਈਮ ਜਿਹੜਾ ਹਿਮਾਚਲ ਏਰੀਆ ਆ, ਹਿਮਾਚਲ ਏਰੀਏ ਦੇ ਵਿੱਚ ਚੱਕਵੀਆਂ ਤਵੀਆਂ ਜ਼ਿਆਦਾ, ਹੁਸ਼ਿਆਰਪੁਰ ਏਰੀਆ ਚੱਕਵੀਆਂ ਤਵੀਆਂ ਜ਼ਿਆਦਾ ਪ੍ਰੈਫਰ ਕਰਦੇ ਆ, ਇਸ ਕਰਕੇ ਅਸੀਂ ਇਹ ਮਾਡਲ ਬਣਾਇਆ। ਚੱਕਵੀਆਂ ਵੀ ਆ, ਧੂਮੀਆਂ ਵੀ ਆ। ਠੀਕ ਹੈ ਜੀ, ਇਹਨੂੰ ਦੋਨੇ ਤਰ੍ਹਾਂ ਆਪਾਂ ਚਲਾ ਸਕਦੇ ਹਾਂ। ਵੀਡੀਓ ਨੂੰ ਪੂਰੀ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।